ਕੀ ਗੱਲ, ਤੁਸੀਂ ਐਂ ਹੈਰਾਨ ਹੋ ਗਏ? ਬਾਈ ਤੂੰ ਵੀ? ਭਾਬੀ ਨੇ ਤਾਂ ਹੈਰਾਨ ਹੋਣਾ ਹੀ ਸੀ, ਚੱਲ ਜਿਵੇਂ ਮੈਂ ਪਹਿਲੀ ਵਾਰ ਆਈ ਹੁੰਦੀ ਹਾਂ ਇਸ ਘਰ 'ਚ। ਨਾ ਨਾ ਭਾਈ, ਤੇਰਾ ਘਰ ਹੈ, ਜਦੋਂ ਮਰਜ਼ੀ ਆ ਤੂੰ। ਇਹ ਤੂੰ ਕੀ ਗੱਲ ਕਹੀ? ਆ ਜਾ ਬੈਠ ਭਾਈ ਕੁੜੀ। ਨਾ ਤੂੰ ਇੱਥੇ? ਤੈਨੂੰ ਮੈਂ ਕਿਹਾ ਸੀ ਨਾ ਵੀ ਤੂੰ ਸਾਡੇ ਨਾਲ ਹੀ, ਅਸੀਂ ਤੇਰੇ ਨਹੀਂ ਆਉਣਾ। ਮੇਰੇ ਘਰ ਦੀਆਂ ਖੁਸ਼ੀਆਂ ਨੂੰ ਅੱਗ ਲਾ ਕੇ ਹੁਣ ਇੱਥੇ ਕੀ ਲੈਣ ਆਈ ਹਾਂ? ਤਮਾਸ਼ਾ ਦੇਖਣ ਆਈ ਹਾਂ ਮੇਰੇ ਪੁੱਤ ਦੀਆਂ ਖੁਸ਼ੀਆਂ ਨੂੰ ਅੱਗ ਲਾ ਕੇ? ਜਿੰਨੀ ਪੈਰੀ ਆਈ ਹਾਂ ਨਾ ਉਨੀ ਪੈਰੀ ਮੁੜ ਜਾ। ਦੇਖ ਭਾਬੀ, ਤੇਰੇ ਕਹੇ ਤਾਂ ਨਹੀਂ ਮੈਂ ਮੁੜਦੀ। ਹਾਂ, ਜੇ ਮੇਰੇ ਬਾਈ ਕਹਿ ਦੂ ਫਿਰ ਮੁੜ ਕੇ ਇਸ ਘਰ 'ਚ ਪੈਰ ਵੀ ਨਹੀਂ ਪਾਉਂਦੀ। ਕਿਉਂ ਬਾਈ ਬਾਲ? ਉਹ ਭਾਈ ਤੂੰ ਕਮਲੀ ਹੋਈ ਆ ਕੁੜੀਏ, ਵੀ ਮੈਂ ਤੈਨੂੰ ਐਂ ਕਹੂੰਗਾ, ਮੇਰੇ ਨਾਲੋਂ ਪਹਿਲਾਂ ਤਾਂ ਤੇਰਾ ਇਸ ਘਰ 'ਚ ਹੱਕ ਹੈ, ਅਤੇ ਨਾਲੇ ਤੂੰ ਕੌਣ ਹੁੰਦੀਆਂ ਨੂੰ ਐਂ ਕਹਿਣ ਲਈ ਵੀ ਘਰ 'ਚੋਂ ਬਾਹਰ ਹੋ ਜਾ। ਅੱਛਾ, ਇਹਦਾ ਇਸ ਘਰ ਵਿੱਚ ਹੱਕ ਹੈਗਾ, ਮੇਰਾ ਹੱਕ ਕੋਈ ਨਹੀਂ, ਮੇਰੇ ਪੁੱਤ ਦਾ ਹੱਕ ਕੋਈ ਨਹੀਂ? ਇਹ ਇਸ ਘਰ 'ਚ ਮੇਰੇ ਨਾਲੋਂ ਪਹਿਲਾਂ ਇਹਦਾ ਹੱਕ ਹੈ, ਬਾਅਦ 'ਚ ਮੇਰਾ ਗਾ। ਮੇਰੀ ਗੱਲ ਸੁਣ ਲਓ ਸਰਦਾਰ ਜੀ, ਇਹ ਮੇਰੀ ਦੁਸ਼ਮਣ ਹੈ ਅਤੇ ਇਹਨੂੰ ਮੈਂ ਆਪਣੀਆਂ ਅੱਖਾਂ ਮੋਹਰੇ ਅਤੇ ਆਪਣੇ ਘਰ ਦੇ ਵਿੱਚ ਇੱਕ ਪਲ ਵੀ ਬਰਦਾਸ਼ਤ ਨਹੀਂ ਕਰ ਸਕਦੀ। ਬਹੁਤ ਚੁੱਪ ਰਹਿ ਲਿਆ ਮੈਂ, ਪਰ ਹੁਣ ਨਹੀਂ। ਭਲਾ ਤੇਰਾ ਕੀ ਕੱਲੀ ਦਾ ਪੁੱਤ ਹੈ ਕੁੜੇ, ਉਹ ਮੇਰਾ ਕੀ ਕੁਛ ਲੱਗਦਾ ਨਹੀਂ ਹੈ, ਮੇਰਾ ਵੀ ਭਤੀਜਾ ਲੱਗਦਾ, ਮੈਂ ਕੀ ਮਾੜਾ ਕਰਤਾ ਉਹਦਾ? ਅੱਛਾ, ਇੰਨਾ ਕੁਛ ਕਰਕੇ ਮੈਂ ਅੱਖੀਂ ਸਭ ਕੁਛ ਦੇਖਿਆ, ਹਜੇ ਵੀ ਪੁੱਛਦੀ ਹੈ ਵੀ ਮੈਂ ਕੀ ਮਾੜਾ ਕਰਤਾ? ਕਸਰ ਕੀ ਛੱਡੀ ਹੈ ਤੂੰ ਮੇਰੇ ਪੁੱਤ ਦਾ? ਘਰ ਤਾਂ ਵਸਣ ਤੋਂ ਪਹਿਲਾਂ ਹੀ ਪੱਟ ਦਿੱਤਾ, ਸ਼ਰਮ ਕਰ। ਤੇਰੇ ਵਰਗੀਆਂ 5-7 ਹੋਰ ਪਿੰਡ 'ਚ ਭੂਆ ਹੋਣ ਨਾ, ਕਿਸੇ ਭਤੀਜੇ ਦਾ ਘਰ ਨਾ ਵਸੇ। ਭਾਬੀ, ਜੇ ਤੇਰੇ ਕੋਲ ਸਬੂਤ ਹੈ ਨਾ ਕੋਈ ਤਾਂ ਗੱਲ ਕਰ। ਕਿਰਨਾ, ਮੇਰੀ ਇੱਕ ਗੱਲ ਸੁਣ ਲੈ, ਸੱਚੇ ਬੰਦੇ ਨੂੰ ਨਾ ਸਬੂਤਾਂ ਦੀ ਲੋੜ ਨਹੀਂ ਹੁੰਦੀ। ਮੈਂ ਤੇਰੇ ਵਾਂਗੂ ਸਬੂਤ ਇਕੱਠੇ ਨਹੀਂ ਕਰਦੀ ਫਿਰਦੀ, ਅਤੇ ਨਾ ਮੈਨੂੰ ਸਬੂਤਾਂ ਦੀ ਲੋੜ ਹੈ ਕੋਈ। ਲੱਗੀ ਸਮਝ? ਤੂੰ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ। ਬਸ ਮੈਂ ਤੈਨੂੰ ਕਹਿਤਾ ਨਾ, ਮੇਰੇ ਪੁੱਤ ਦੀਆਂ ਖੁਸ਼ੀਆਂ ਤੋਂ ਵੱਧ ਕੇ ਮੈਨੂੰ ਕੁਛ ਹੋਰ ਨਹੀਂ, ਤੁਹਾਨੂੰ ਤੁਹਾਡੀ ਭੈਣ ਚਾਹੀਦੀ ਹੋਊਗੀ, ਪਰ ਮੈਨੂੰ ਮੇਰਾ ਢਿੱਡੋ ਜਾਇਆ ਪੁੱਤ ਚਾਹੀਦਾ। ਪੁੱਤ, ਤੂੰ ਆਪਦੀ ਬਕਵਾਸ ਬੰਦ ਕਰ ਓਏ। ਬਹੁਤ ਡਾ ਲਿਆ ਤੁਸੀਂ ਮੈਨੂੰ। ਮੈਂ ਤੈਨੂੰ ਕਹਿਦਾ ਨਾ ਤੂੰ ਆਪਦੀ ਬਕਵਾਸ ਬੰਦ ਕਰ, ਇਸ ਘਰ ਚੋਂ ਕਿਤੇ ਨਹੀਂ ਜਾਊਗੀ। ਚੱਲ ਪਹਿਲੇ ਬੰਦ ਕਰਵਾ ਸਕਦੇ ਆ, ਬੰਦ ਕਰਵਾ ਸਕਦੇ ਆ ਨਾ ਮੇਰੀ ਬਕਵਾਸ? ਠੀਕ ਹੈ, ਇਹਨੂੰ ਲੈ ਜਾ ਅੰਦਰ ਘਰ ਗੱਲਾਂ ਇਹਦੇ ਨਾਲ। ਜੇ ਇਹਨੇ ਨਹੀਂ ਇਸ ਘਰੋਂ ਜਾਣਾ ਨਾ ਤਾਂ ਤੁਹਾਨੂੰ ਮੈਂ ਜਾ ਕੇ ਦਿਖਾਊਂਗੀ। ਫਿਰ ਇੱਕ ਸਿਰ 'ਤੇ ਹੱਥ ਰੱਖ ਕੇ ਪਛਤਾਇਓ ਨਾ, ਪਛਤਾਵਾ ਨਾ ਕਰਿਓ। ਮੈਂ ਮੇਰੇ ਪੁੱਤ ਦਾ ਘਰ ਤਾਂ ਵਸਣ ਤੋਂ ਪਹਿਲਾਂ ਉੱਜੜ ਗਿਆ, ਨਾਲ ਨਾਲ ਤੁਹਾਡਾ ਵੀ ਉੱਜੜੂਗਾ। ਲੱਗੀ ਸਮਝ? ਰੁਕ ਜਾਵਾਂ। ਮਾਂ ਤੂੰ ਭੂਆ ਨੂੰ ਕੁਛ ਨਾ ਕਹਿ, ਆਪਾਂ ਭੂਆ ਕੋਲੇ ਜਾਈਏ ਚਾਹੇ ਨਾ ਜਾਈਏ ਉਹ ਆਪਣੀ ਮਰਜ਼ੀ ਹੈ, ਪਰ ਭੂਆ ਨੂੰ ਇੱਥੋਂ ਆਉਣ ਤੋਂ ਆਪਾਂ ਨਹੀਂ ਰੋਕ ਸਕਦੇ। ਇਹਨੇ ਇੱਥੇ ਜਨਮ ਲਿਆ, ਭੂਆ ਦਾ ਇਹ ਪੇਕਾ ਘਰ ਹੈ, ਨਾਲੇ ਜੇ ਭੂਆ ਇੱਥੇ ਨਹੀਂ ਆਊਗੀ ਮਾਂ ਹੋਰ ਜਾਊਗੀ ਵੀ ਕਿੱਥੇ? ਜੱਸੇ ਪੁੱਤ, ਆ ਕੀ ਕਹੀ ਜਾਂਦਾ ਤੂੰ? ਤੈਨੂੰ ਪਤਾ ਇਹਨੇ ਤੇਰਾ ਕਿੰਨਾ ਮਾੜਾ ਕੀਤਾ, ਤੇ ਤੂੰ ਫਿਰ ਵੀ ਇਹਦੀ ਮਿਹਰ ਕਰਦਾ? ਇੱਧਰ ਦੇਖ, ਇੱਧਰ ਦੇਖ,
ਤੇਰੀਆਂ ਖੁਸ਼ੀਆਂ ਨੂੰ ਅੱਗ ਲਾਉਣ ਵਾਲੀ ਆ ਤੇ ਤੂੰ ਕਹਿੰਦਾ ਇੱਥੇ ਆ ਸਕਦੀ ਆ। ਮੇਰੇ ਵੱਲ ਸੋਚ, ਮੇਰੇ ਵੱਲ ਸੋਚ, ਦੇਖ। ਉਹ ਮਾਂ ਤੂੰ ਵੀ ਸਮਝ ਲੈ। ਕੀ ਸਮਝਾਂ ਮੈਂ? ਮਾਂ ਮੈਂ ਤੈਨੂੰ ਇੱਕ ਵਾਰੀ ਕਹਿਤਾ ਨਾ, ਵੀ ਭੂਆ ਕਿਤੇ ਨਹੀਂ ਜਾਂਦੀ, ਇੱਥੇ ਹੀ ਰਹੂਗੀ। ਦੇਖ ਲਾ, ਤੇਰੇ ਨਾਲੋਂ ਤਾਂ ਤੇਰਾ ਪੁੱਤ ਹੀ ਸਿਆਣਾ ਹੈ, ਜਿਹਨੂੰ ਭੂਆ ਦੇ ਮੂੰਹ 'ਤੇ ਤਰਸ ਤਾਂ ਆ ਗਿਆ। ਉਹ ਕੋਈ ਨਾ ਭੈਣੇ, ਤੂੰ ਬਹਿ ਜਾ ਬਹਿ ਜਾ, ਤੈਨੂੰ ਇੱਥੇ ਕੋਈ ਨਹੀਂ ਰੋਕ ਸਕਦਾ, ਨਾਲੇ ਤੈਨੂੰ ਇੱਥੇ ਕੋਈ ਨਹੀਂ ਘਰੋਂ ਭੇਜ ਸਕਦਾ। ਆ ਜਾ ਕੁੜੀਏ, ਬਹਿ ਜਾ ਇੱਧਰ। ਮਾਂ ਹੁਣ ਤੂੰ ਇੱਥੇ ਖੜੀ ਕੀ ਝਾਕੀ ਜਾਂਦੀ ਹੈ? ਮੈਂ ਜਾ ਕੇ ਭੂਆ ਵਾਸਤੇ ਚਾਹ ਬਣਾ ਲੈਣਾ। ਜਿਉਂਦਾ ਰਹਿ ਪੁੱਤ ਜੱਸੇ, ਤੂੰ ਆਪਦੀ ਭੂਆ ਦੀ ਇੱਜ਼ਤ ਰੱਖ ਲਈ, ਨਹੀਂ ਤਾਂ ਤੇਰੇ ਫੁੱਫੜ ਨੂੰ ਕੀ ਮੂੰਹ ਦਿਖਾਉਂਦੀ? ਨਾਲੇ ਉਹ ਕਹਿੰਦਾ ਘਰੋਂ ਕੱਢਤੀ ਮਾਰ ਕੇ ਧੱਕੇ, ਬਹੁਤ ਔਖਾ ਹੋ ਜਾਂਦਾ ਮੈਨੂੰ। ਭੂਆ, ਮੇਰੀ ਮਾਂ ਨੇ ਤਾਂ ਮੈਨੂੰ ਇੱਕੋ ਗੱਲ ਸਿਖਾਈ ਹੈ ਕਿ ਤੁਹਾਡਾ ਭਾਵੇਂ ਕੋਈ ਲੱਖ ਮਾੜਾ ਕਰਜੇ, ਪਰ ਤੁਸੀਂ ਕਦੇ ਕਿਸੇ ਦਾ ਮਾੜਾ ਨਾ ਕਰੋ। ਚੱਲ ਛੱਡੋ ਮੁੰਡਿਆ, ਤੂੰ ਤਾਂ ਭੈਣੇ ਤੂੰ ਮੈਨੂੰ ਐਂ ਦੱਸ, ਅੱਜ ਤਾਂ ਮੈਨੂੰ ਐਂ ਲੱਗਦਾ ਜਿਵੇਂ ਕੋਈ ਖਾਸ ਕੰਮ ਆਈ ਹੁੰਦੀ ਹੈ, ਆਹ ਬਿਨਾਂ ਦੱਸੀ ਆ ਗਈ ਭਾਈ। ਹਾਂ ਬਾਈ, ਮੈਂ ਵਾਅਦਾ ਕਰਕੇ ਗਈ ਸੀ ਤੁਹਾਡੇ ਨਾਲ, ਉਹ ਪੂਰਾ ਕਰਨ ਆਈ ਸੀ। ਕਿਹੜਾ ਵਾਅਦਾ ਭਾਈ? ਗੱਲ ਤਾਂ ਮੈਂ ਛੇੜ ਲੈਂਦੀ ਕਿਤੇ ਜੱਸਾ ਨਾ ਗੁੱਸੇ ਮੰਨ ਜੇ। ਉਹ ਨਹੀਂ ਭਾਈ, ਜੱਸਾ ਨਹੀਂ ਗੁੱਸਾ ਕਰਦਾ, ਤੇਰਾ ਭਤੀਜਾ ਸਿਆਣਾ ਬਹੁਤ ਹੈ। ਹਾਂ ਐਂ ਤਾਂ ਮੈਨੂੰ ਪਤਾ, ਮੇਰਾ ਭਤੀਜਾ ਬਾਹਲਾ ਸਿਆਣਾ ਹੈ, ਮੇਰੇ ਵਰਗਾ ਹੀ ਹੈ ਨਾ। ਕੰਮ ਤਾਂ ਬਾਈ ਮੈਂ ਐਂ ਆਈ ਸੀ, ਉਹ ਜਿਹੜੀ ਕੁੜੀ ਨਹੀਂ ਰੱਤੇ ਖੇੜੇ ਵਾਲੀ, ਉਹਦੇ ਬਾਪ ਨੇ ਫੋਨ ਕੀਤਾ ਸੀ, ਕਹਿੰਦੇ ਭਾਈ ਤੁਸੀਂ ਮੁੜ ਕੇ ਕੁਛ ਦੱਸਿਆ ਹੀ ਨਹੀਂ। ਫਿਰ ਮੈਂ ਆਖਿਆ, ਮੈਂ ਕਿਹਾ ਮੈਂ ਆਪਦੇ ਬਾਈ ਨਾਲ ਸਲਾਹ ਕਰਕੇ ਫਿਰ ਦੱਸਦੀ ਹਾਂ ਤੁਹਾਨੂੰ। ਅੱਛਾ ਭਾਈ, ਫਿਰ? ਮੈਂ ਤਾਂ ਇਹ ਕਹਿੰਦੀ ਸੀ ਬਾਈ, ਕੁੜੀ ਵਧੀਆ, ਕੁੜੀ ਬਹੁਤ ਸਿਆਣੀ ਹੈ। ਅੱਛਾ, ਬਾਕੀ ਤੁਸੀਂ ਜੱਸੇ ਨੂੰ ਪੁੱਛ ਲਓ। ਉਹ ਭਾਈ ਜੱਸੇ ਨੂੰ ਕੀ ਪੁੱਛਣਾ ਹੈ, ਇਹ ਤਾਂ ਉੱਥੇ ਵਿਆਹ ਕਰਾਊ ਜਿੱਥੇ ਆਪਾਂ ਕਹਾਂਗੇ, ਗੁਲਾਬੋ ਨੂੰ ਤਾਂ ਨਾਲੇ ਇਹਨੇ ਜਵਾਬ ਦਿੱਤਾ। ਅੱਛਾ ਬਾਈ, ਫਿਰ ਤਾਂ ਗੱਲ ਬਣੀ ਸਮਝ, ਜੱਸੇ ਪੁੱਤ ਤੇਰੀ ਭੂਆ ਨਾ ਤੈਨੂੰ ਮਾੜੇ ਥਾਵੇਂ ਨਹੀਂ ਖੜਾਉਂਦੀ, ਬਹੁਤ ਵਧੀਆ ਰਿਸ਼ਤਾ ਹੈਗਾ। ਕੋਈ ਨਾ ਭੂਆ, ਜਿੱਥੇ ਕਹੋਗੇ ਕਰਾ ਲਾਂਗੇ, ਵਿਆਹ ਹੀ ਕਰਾਉਣਾ, ਨਾਲੇ ਕਈਆਂ ਦੇ ਵਹਿਮ ਵੀ ਕੱਢਾਂਗੇ। ਜੱਸੇ, ਆਹ ਕੀ ਪਕਾਈ ਮਰੀ ਜਾਂਦਾ ਤੂੰ? ਜੱਸੇ, ਤੂੰ ਤਾਂ ਗੁਲਾਬੋ ਨਾਲ ਵਿਆਹ ਕਰਵਾਉਣਾ ਸੀ, ਤੈਨੂੰ ਤਾਂ ਗੁਲਾਬਾ ਪਸੰਦ ਸੀ ਨਾ? ਪਸੰਦ ਸੀ ਮਾਂ, ਨਾਲੇ ਨਾ ਉਹ ਮੇਰਾ ਬੀਤਿਆ ਹੋਇਆ ਕੱਲ ਸੀ। ਹੁਣ ਨਾਲੇ ਹੁਣ ਉਹ ਪਸੰਦ ਹੀ ਕੌਣ ਕਰਦਾ, ਉਹਦੇ 'ਚ ਕੁੜੀਆਂ ਵਾਲੀ ਗੱਲ ਹੀ ਕੀ ਸੀਗੀ, ਨਾਲੇ ਜੱਸਾ ਆਪ ਮੰਨਦਾ ਵੀ ਉਹ ਇਹਦੀ ਇੱਕ ਗਲਤੀ ਸੀ। ਨਾ ਕੀ ਗਲਤੀ ਸੀ, ਕੀ ਗਲਤੀ ਸੀ ਜੱਸੇ ਦੀ? ਕੁੜੀਆਂ ਵਰਗੀ ਕੁੜੀ ਸੀ, ਗਲਤੀ ਨੂੰ ਸੁਧਾਰਿਆ ਵੀ ਜਾ ਸਕਦਾ। ਤੁਸੀਂ ਬਲਦੀ 'ਤੇ ਤੇਲ ਨਾ ਪਾਓ, ਬਲਦੀ 'ਤੇ ਤੇਲ ਨਾ ਪਾਓ ਤੁਸੀਂ। ਮੈਂ ਬਲਦੀ 'ਤੇ ਤੇਲ ਨਹੀਂ ਪਾਉਂਦਾ, ਜੋ ਇਹਨੇ ਗੱਲ ਕਰੀ ਹੈ ਨਾ ਉਹ ਠੀਕ ਕਰੀ ਹੈ, ਆਪਦੇ ਹਿੱਤ 'ਚ ਗੱਲ ਕਰੀ ਹੈ ਇਹਨੇ, ਸਹੀ ਗੱਲ ਕਰੀ ਹੈ। ਉਹਦਾ ਮੂੰਹ ਦੇਖੋ, ਉਹ ਅੰਦਰੋਂ ਨਹੀਂ ਗੱਲ ਕਰ ਰਿਹਾ, ਉਹਦਾ ਮੂੰਹ ਦੇਖੋ। ਤੁਸੀਂ ਮੇਰੇ ਪੁੱਤ ਦੀਆਂ ਖੁਸ਼ੀਆਂ ਨੂੰ ਅੱਗ ਨਾ ਲਾਓ, ਜੇ ਮੇਰੇ ਪੁੱਤ ਨੂੰ ਕੁਛ ਹੋ ਗਿਆ ਨਾ ਜਾਂ ਮੈਨੂੰ ਕੁਛ ਹੋ ਗਿਆ, ਉਹ ਮੈਨੂੰ ਮਾਰ ਕੇ ਜ਼ਿੰਮੇਵਾਰ ਸਿਰਫ ਤੁਸੀਂ ਦੋਨੇ ਭੈਣ
ਭਰਾ ਹੋਵੋਗੇ। ਉਹ ਮਾਂ ਮੈਨੂੰ ਕਿਤੇ ਨਹੀਂ ਕੁਛ ਹੁੰਦਾ। ਨਾਲੇ ਮਾਂ ਸੁਧਾਰਿਆ ਜਾਂਦਾ ਹੁੰਦਾ ਗਲਤ ਫਹਿਮੀਆਂ ਨੂੰ, ਧੋਖਿਆਂ ਨੂੰ ਨਹੀਂ। ਭੂਆ ਬਾਪੂ ਤੁਸੀਂ ਬਣਾ ਲਓ ਸਲਾਹ, ਕੱਲ੍ਹ ਨੂੰ ਆਪਾਂ ਜਾ ਆਵਾਂਗੇ ਕੁੜੀ ਵਾਲਿਆਂ ਦੇ ਘਰੇ ਜਿੱਥੇ ਭੂਆ ਲੈ ਕੇ ਜਾਊਗੀ। ਭਾਬੀ ਵਧਾਈਆਂ ਤੈਨੂੰ, ਸੱਦ ਕੇ ਜਾਵਾਂ ਮੈਂ। ਮੈਂ ਭੈਣੇ ਹੁਣ ਤਾਂ ਖੁਸ਼ ਹੈ, ਆਪਾਂ ਕੱਲ੍ਹ ਨੂੰ ਚੱਲਾਂਗੇ। ਹਾਂ ਹਾਂ ਬਾਈ ਚੰਗਾ, ਫਿਰ ਮੈਂ ਹੁਣ ਚੱਲਦੀ ਹਾਂ, ਕੁੜੀ ਵਾਲਿਆਂ ਨੂੰ ਵੀ ਫੋਨ ਲਾਉਣਾ ਹੋਊਗਾ ਨਾ ਜਾ ਕੇ। ਉਹ ਭੈਣੇ ਐਡੀ ਵੀ ਕੀ ਕਾਹਲੀ ਹੈ, ਬਗ ਜੀ ਚਾਹ ਪਾਣੀ ਤਾਂ ਪੀ ਕੇ ਜਾ। ਚਾਹ ਪਾਣੀ ਤਾਂ ਬਾਈ ਕੱਲ੍ਹ ਨੂੰ ਹੀ ਪੀਵਾਂਗੇ, ਉਹ ਵੀ ਸਾਗਣ ਤੋਂ ਬਾਅਦ। ਚੱਲ ਠੀਕ ਹੈ ਭਾਈ ਫਿਰ। ਆਪਣੇ ਟੱਬਰ ਤੋਂ ਦੂਰ ਹੋ ਕੇ ਬੰਦਾ ਬੈਠਾ ਰਹੇ। ਉਹ ਪੁੱਤ ਕੰਮ ਤਾਂ ਕਰਨਾ ਹੀ ਹੈ, 17,000 ਕਿਹੜਾ ਪੁੱਤ ਥੋੜਾ ਹੁੰਦਾ, ਆਪਣੀ ਕਬੀਰਦਾਰੀ ਵਧੀਆ ਚੱਲੀ ਜਾਂਦੀ ਹੈ, ਲੋਕਾਂ ਨੂੰ ਤਾਂ ਕੰਮ ਮਿਲਦਾ ਨੀ, ਭੁੱਖੇ ਮਰਦੇ ਫਿਰਦੇ ਨੇ। ਬਾਪੂ ਜੀ ਤੁਸੀਂ ਇੱਥੇ ਕੋਈ ਕੰਮ ਕਰ ਲਓ, ਉੱਥੇ ਜਾਣ ਦੀ ਕੀ ਲੋੜ ਹੈ, ਨਾਲੇ ਬੰਦਾ ਘਰੇ ਦਾ ਘਰੇ ਰਹਿੰਦਾ। ਉਹ ਪੁੱਤ ਇੱਥੇ ਮੈਂ ਕੀ ਕੰਮ ਭਾਲਾਂ, ਉੱਥੇ ਕੰਮ ਵਧੀਆ ਘਰ ਵਾਂਗੂ ਹੀ ਚੱਲੀ ਜਾਂਦਾ ਹੈ, ਹੁਣ ਮੈਂ ਇੱਥੋਂ ਖੇਤੀ ਦਾ ਕੰਮ ਨਹੀਂ ਹੁੰਦਾ, ਸਰੀਰ ਰਿਹਾ ਨਹੀਂ ਕੰਮ ਦਾ। ਗੱਲ ਤਾਂ ਗੁਲਾਬੋ ਦੀ ਵੀ ਠੀਕ ਹੈ ਜੀ, ਵਧੀਆ ਸਮਾਂ ਇੱਥੇ ਕੰਮ ਕਰੋ, ਆਹ 2-2.5 ਕਿੱਲੇ ਬਾਹਣਦੇ ਨੇ ਆਪਣੇ ਕੋਲ, ਕਿਧਰੇ ਨਹੀਂ ਆਪਾਂ ਭੁੱਖੇ ਮਰਦੇ, ਅਸੀਂ ਤਾਂ ਆਪ ਸਮਾਂ ਡਰਦੀਆਂ ਰਹਿੰਦੀਆਂ ਇਕੱਲੀਆਂ ਮਾਵਾਂ ਦੀਆਂ। ਇਹ 2.5 ਕਿੱਲੇ ਕਿਹੜਾ ਆਪਣੇ ਨੇ, ਇਹ ਤਾਂ ਆਪਣੀ ਧੀ ਦੇ ਨੇ, ਜਿੰਨਾ ਚੱਕ ਗੁਲਾਬੋ ਦਾ ਵਿਆਹ ਨਹੀਂ ਹੁੰਦਾ ਉਨ੍ਹਾਂ ਚੱਕ ਆਪਣੇ ਨੇ। ਜਦੋਂ ਤੱਕ ਮੇਰਾ ਵਿਆਹ ਨਹੀਂ ਹੁੰਦਾ ਬਾਪੂ ਜੀ ਮੈਂ ਸਮਝੀ ਨਹੀਂ ਕੁਛ। ਉੱਤੇ 'ਚ ਸਮਝਣ ਵਾਲੀ ਕੀ ਗੱਲ ਹੈ, ਜੇ ਮੇਰੇ ਪੁੱਤ ਹੁੰਦਾ ਤਾਂ ਜ਼ਮੀਨ ਉਹਦੀ ਹੁੰਦੀ, ਹੁਣ ਤੂੰ ਹੀ ਸਾਡਾ ਪੁੱਤ ਹੈ ਅਤੇ ਤੂੰ ਹੀ ਸਾਡੀ ਧੀ ਹੈ। ਬਾਪੂ ਜੀ ਤੁਹਾਡਾ ਪੁੱਤ ਹੁੰਦਾ ਜ਼ਮੀਨ ਵਡਾਉਂਦਾ ਭਾਵੇਂ ਨਾ ਵਡਾਉਂਦਾ, ਪਰ ਮੈਨੂੰ ਤੁਹਾਡੀ ਜ਼ਮੀਨ ਦੀ ਕੋਈ ਲੋੜ ਨਹੀਂ, ਉਹ ਤੁਹਾਡੀ ਜ਼ਮੀਨ ਹੈ, ਤੁਹਾਡੀ ਸਾਰੀ ਉਮਰ ਦੀ ਕਮਾਈ ਹੈ, ਤੁਸੀਂ ਆਪਦਾ ਹੱਕ ਆਪਦੇ ਕੋਲ ਹੀ ਰੱਖਿਓ, ਮੈਨੂੰ ਕੁਛ ਨਹੀਂ ਚਾਹੀਦਾ। ਉਹ ਪੁੱਤ ਸਾਡੇ ਕੋਲ ਹੀ ਹੈ, ਵਿਆਹ ਤੋਂ ਬਾਅਦ ਤਾਂ ਉਹ ਤੇਰੇ ਹੀ ਹੈ, ਇੱਥੇ ਤਾਂ ਰਿਸ਼ਤੇਦਾਰ ਪਿੱਛੋਂ ਇਕੱਠੇ ਹੋ ਜਾਣਗੇ। ਬਾਪੂ ਜੀ ਮੇਰੀ ਗੱਲ ਸੁਣੋ, ਕਹਿੰਦੇ ਹੁੰਦੇ ਨੇ ਮਰਨਾ ਤਾਂ ਸੱਚ ਹੈ ਅਤੇ ਜਿਉਣਾ ਝੂਠ ਹੈ, ਪਰ ਜਦੋਂ ਤੱਕ ਤੁਸੀਂ ਜਿਉਂਦੇ ਹੋ ਨਾ ਮੈਂ ਤੁਹਾਡੀ ਜ਼ਮੀਨ ਨਹੀਂ ਲੈਣੀ। ਲੈ ਦੱਸ ਹੋਰ ਇਹ ਗੱਲਾਂ ਛੇੜ ਕੇ ਬਹਿ ਗਏ ਪਿਓ ਧੀ, ਆਹ ਚਾਹ ਠੰਡੀ ਹੋ ਜਾਂਦੀ ਹੈ ਇਹ ਤਾਂ ਪੀ ਲਓ। ਦੇਖ ਲੈ ਪੁੱਤ ਆਪਾਂ ਨੂੰ ਪਿਓ ਧੀ ਨੂੰ ਨਾ ਗੱਲਾਂ ਕਰਦਿਆਂ ਨੂੰ ਦੇਖ ਕੇ ਜਰਦੀ ਨਹੀਂ ਹੈ। ਬਾਪੂ ਜੀ ਸਹੀ ਗੱਲ ਹੈ ਤੁਹਾਡੀ। ਓਹੋ ਤੁਹਾਨੂੰ ਗੱਲਾਂ ਕਰਨ ਤੋਂ ਕੌਣ ਰੋਕਦਾ ਹੈਗਾ, ਆਹ ਚਾਹ ਪੀ ਲਓ, ਭਾਂਡੇ ਵਿਹਲੇ ਕਰਕੇ ਦਿਓ, ਮੈਂ ਮਾਂ ਜਿਆਵਾਂ।
ਚੰਗਾ ਬਾਪੂ ਜੀ, ਪੀ ਲੈਂਦੇ ਹਾਂ। ਚਾਚੀ ਚਾਚੀ ਬੇ ਹਾਂ ਕੀ ਤੂੰ ਨਾ ਕੋਈ ਕੰਮ ਕਰਨ ਦੀ। ਚਾਚੀ ਤੂੰ ਮੇਰੀ ਗੱਲ ਸੁਣ ਪਹਿਲਾਂ, ਚਾੜੂ ਆਪ ਹੀ ਡੇਗ ਦਿੰਦੀ ਆ, ਮੈਂ ਤਾਂ ਅਜੇ ਕਹਿੰਦਾ ਦੀਦੀ ਛੱਡ ਦੇ। ਮੈਂ ਤਾਂ ਕਿਹਾ ਵੀ ਗੱਲ ਸੁਣ। ਚੰਗਾ ਮੇਰੀ ਗੱਲ ਸੁਣ। ਆਪਣਾ ਕੰਮ ਬਣ ਗਿਆ, ਸ਼ੁਕਰ ਹੈ ਪਰਮਾਤਮਾ ਦਾ। ਜਿਹੜੀ ਆਹ ਗੱਲ ਆਪਾਂ ਚਾਹੁੰਦੀ ਸੀ ਨਾ, ਜਮਾਂ ਸਿਰੇ ਲੱਗ ਗਈ। ਬੇ ਇਹੋ ਜਿਹਾ ਕੀ ਹੋ ਗਿਆ, ਕਿਹੜੀ ਗੱਲ ਬਣ ਗਈ? ਬਸ ਪੁੱਛੇ ਨਾ, ਮੈਂ ਤਾਂ ਇਹ ਹੋ ਰਿਹਾ, ਮੈਂ ਤਾਂ ਭੱਜ ਕੇ ਤੇਰੇ ਲਵੇ ਆਇਆ। ਤੂੰ ਤਾਂ ਕਹਿੰਦੀ ਸੀ ਨਾ ਵੀ ਉਹ ਭੂਆ ਤੋਂ ਕੁਛ ਨਹੀਂ ਬਣਨਾ, ਵਿਚੋਲਣ ਭੂਆ। ਹੁਣ ਤਾਂ ਸਰਾ ਲਾਤਾ ਇਹੋ ਜਿਹਾ। ਉਹਨੇ ਕੀ ਕਰਤਾ? ਉਹਨੇ ਕੀ ਗੁਲਾਬ ਨੂੰ ਮਨਾ ਲਿਆ ਤੇਰੇ ਨਾਲ ਵਿਆਹ ਵਾਸਤੇ? ਤੂੰ ਆਈ ਸਮਝ, ਉਹਨੇ ਤਾਂ ਮੈਨੂੰ ਇਹੋ ਜਿਹੀ ਖੁਸ਼ਖਬਰੀ ਦਿੱਤੀ ਹੈ ਨਾ, ਮੇਰੇ ਤਾਂ ਧਰਤੀ 'ਤੇ ਪੈਰ ਨਹੀਂ ਲੱਗਦੇ। ਵੀ ਗੱਲ ਤਾਂ ਦੱਸ ਦੇ। ਗੱਲ ਤਾਂ ਇਹ ਹੈ ਵੀ ਉਹ ਜਿੱਥੇ ਜੱਸੇ ਦਾ ਰਿਸ਼ਤਾ ਕਰਾਉਂਦੀ ਸੀ, ਜੱਸਾ ਮੰਨ ਗਿਆ। ਹੈ ਬੇ ਹੋਰ ਬੇ, ਤਾਂ ਬਾਲੀ ਵਧੀਆ ਗੱਲ ਹੈ ਫਿਰ। ਨਾ ਤੈਨੂੰ ਕਿਹਨੇ ਦੱਸਿਆਗਾ? ਤੈਨੂੰ ਦੱਸੀ ਦਾ ਜਾਨਾ, ਭੂਆ ਨੇ ਦੱਸਿਆ। ਜੱਸਾ ਕਹਿੰਦਾ ਵੀ ਹਾਂ, ਜਿਹੜੀ ਕੁੜੀ ਨਾਲ ਉਹ ਰਿਸ਼ਤਾ ਕਰਾਉਣ ਨੂੰ ਕਹਿੰਦੀ ਹੈ, ਜੱਸਾ ਕਹਿੰਦਾ ਮੈਨੂੰ ਪਸੰਦ ਹੈ ਵੀ ਆਪਾਂ ਤੜਕੇ ਚੱਲਦੇ ਉਹਨੂੰ ਸ਼ਗਨ ਪਾਉਣ। ਲੈ ਆਹ ਤਾਂ ਫਿਰ ਬਾਲੀ ਵਧੀਆ ਗੱਲ ਸੁਣਾਤੀ ਤੈਂ। ਹੋਰ ਮੈਂ ਤਾਂ ਆਪ ਉਹਦਾ ਚਿੱਤ ਕਾਉ ਮਾਉ ਕਰੀ ਜਾਂਦਾ ਵੀ ਗੁਲਾਬ ਨਾਲ ਵਿਆਹ ਹੋਊ ਮੇਰਾ। ਵਾਹ ਵੇ ਮੇਰਾ ਸ਼ੇਰ ਵਗਿਆ, ਤੂੰ ਤਾਂ ਮੇਰਾ ਚਿੱਤ ਹੀ ਖੁਸ਼ ਕਰਤਾ। ਬਸ ਹੁਣ ਐਂ ਦੱਸ ਵੀ ਆਪਾਂ ਗੁਲਾਬੋ ਨੂੰ ਕਿਵੇਂ ਮਨਾਈਏ? ਲੈ ਚਾਚੀ ਤੇਰਾ ਵੀ ਨਾ ਮੈਨੂੰ ਭੇਤ ਨਹੀਂ ਆਉਂਦਾ, ਨਾਲ ਤਾਂ ਥੱਪੜ ਮਾਰਦੀ ਆ ਨਾਲੇ ਸ਼ੇਰ ਵੱਗਾ। ਨਾਲੇ ਮੇਰੀ ਗੱਲ ਸੁਣ, ਗੁਲਾਬੋ ਤਾਂ ਮੰਨੀ ਪਈ ਹੈ, ਉਹ ਤਾਂ ਜੱਸਾ ਹੀ ਰਾਹ ਦਾ ਰੋੜਾ ਤੀ। ਜਦੋਂ ਰਾਹ ਦਾ ਰੋੜਾ ਨਿਕਲ ਗਿਆ, ਗੁਲਾਬੋ ਤਾਂ ਪਹਿਲੀ ਮੰਨ ਜਾਂਦੀ। ਵੀ ਗੁਲਾਬੋ ਤਾਂ ਨਹੀਂ, ਕਦੋਂ ਦੀ ਮੰਨ ਜਾਂਦੀ, ਆਹ ਜੱਸਾ ਹੀ ਰਾਹ ਦਾ ਰੋੜਾ ਬਣਿਆ ਹੋਇਆ ਸੀ। ਚੱਲ ਆਹ ਵੀ ਵਧੀਆ ਹੋ ਗਿਆ, ਜਿਹੜਾ ਉਹ ਆਪਦੇ ਆਪ ਵਿਆਹ ਵਾਸਤੇ ਮੰਨ ਗਿਆ। ਉਹੀ ਤਾਂ ਗੱਲ ਹੈ ਚਾਚੀ, ਚੱਲ ਆਪਾਂ ਨੇ ਕੀ ਲੈਣਾ ਕਿਸੇ ਤੋਂ, ਆਪਣਾ ਕੰਮ ਬਣੇ, ਆਪਣਾ ਤਾਂ ਇਹੀ ਰਾਸ ਆਊਗਾ। ਚਾਚਾ ਚਾਚੇ ਨੇ ਕਿੱਥੇ ਹੋਣਾ, ਜਾਂ ਤਾਂ ਬਾਹਰੇ ਭੌਂਕਦਾ ਫਿਰਦਾ ਹੁੰਦਾ, ਨਹੀਂ ਅੰਦਰ ਮੰਜੇ ਨਾਲ ਜੁੜਿਆ ਪਿਆ ਹੁੰਦਾ। ਹੁਣ ਬਾਹਰੇ ਭੌਂਕਦਾ ਕਿ ਅੰਦਰ ਮੰਜੇ ਨਾਲ ਹੈ? ਵੀ ਅੰਦਰ ਹੀ ਹੈਗਾ। ਅੱਛਾ ਚੱਲ, ਉਹਦੇ ਤਾਂ ਪਾਵਾਂ ਦੌਰਾ ਜਾ ਕੇ, ਉਹਨੂੰ ਤਾਂ ਐਂ ਤੇ ਵੀ ਤਾਰੀ ਤੋਂ ਕੁਛ ਬਣਨਾ ਹੀ ਨਹੀਂ। ਆਹੋ ਉਹਨੂੰ ਤਾਂ ਦੇ ਖੁਸ਼ਖਬਰੀ ਜਾ ਕੇ, ਉਹ ਵੀ ਖੁਸ਼ ਹੋ ਜਾਊਗਾ। ਚਾਚਾ ਚੱਲ, ਅੱਧਾ ਕੰਮ ਤਾਂ ਹੋ ਗਿਆ, ਹੁਣ ਬਾਕੀ ਦਾ ਰਹਿੰਦਾ ਕੰਮ, ਜਦੋਂ ਜੱਸੇ ਦਾ ਵਿਆਹ ਹੋ ਗਿਆ ਫੇਰ ਕਰੂੰਗੀ। ਚਾਚਾ ਉਹ ਚਾਚਾ ਉਹ ਆ ਸੀ ਇੱਧਰ। ਤੂੰ ਵੀ ਪਤਾ ਨਹੀਂ ਚਾਚਾ ਕਿੱਧਰ ਕਿੱਧਰ ਬਣਿਆ ਰਹਿਣਾ। ਬਾਰਦ ਨੂੰ ਦੱਸ ਤੇ ਕੀ ਭੋਰਾ ਹੈਗਾ, ਸੁਆਹ ਤੇਰੇ ਗੜਬੀਆਂ ਗੜਬੀਆਂ ਐ ਸਜਾਈਆਂ ਨੇ ਜਿਵੇਂ ਪੈਗ ਲਾਉਂਦਾ ਹੋਵੇ। ਆਹ ਉਹ ਇਹਦੇ ਨਹੀਂ ਮੇਰੇ ਬਾਪੂ ਵਾਲੇ ਲੱਛਣਾਂ ਤੇ ਆ ਗਿਆ। ਉਹ ਬਹਿ ਜਾ ਕਰ ਓਏ, ਇੱਕ ਵੀ ਨਹੀਂ ਮਾਨ ਹੈਗਾ ਤੇਰੇ ਵਾਲਾ ਪਿਓ ਹੀ ਹਟ ਦੇ। ਹੋਈ ਵਧੀਆ ਖਬਰੀ ਇਹ ਜੀ ਦਊਂਗਾ ਫਿਰ ਤਾਂ ਪੈਗ ਲਾਏਗਾ। ਪੈਗ ਤਾਂ ਵੀ ਨਹੀਂ ਲਾਉਂਦਾ ਮੈਂ, ਤੈਨੂੰ ਪਤਾ ਤਾਂ ਹੈਗਾ, ਉਹ ਖੁਸ਼ ਹੋ ਜਾਣਗੇ ਤੇਰਾ, ਹੋਰ ਕੁਝ ਖਾ ਲਾਂਗੇ। ਕਿਹਾ ਯਾਰ ਚਾਚਾ, ਮੈਂ ਤਾਂ ਲੱਸੀ ਏ ਕਰਤੀ, ਸੌਣ ਲੱਗੇ ਪਾਣੀ 'ਚ ਵਧਾਣੀ ਪਾਤੀ। ਉਹ ਚੰਗਾ ਮੇਰੀ ਗੱਲ ਸੁਣ, ਹੁਣ ਐਂ ਸਮਝ ਲਾ ਵੀ ਤੇਰੇ ਵਾਲਾ ਨਟ ਗਿਆ ਰਹਿਣਾ, ਉਹ 2.5 ਕਿੱਲਿਆਂ 'ਚ ਗੇੜੇ ਦਊਗਾ। ਹੁਣ ਕਦੋਂ ਦੇਊਗਾ, ਕਿੰਨਾ ਚਿਰ ਹੋ ਗਿਆ ਕਹੀ ਜਾਂਦਿਆਂ ਨੂੰ ਗੇੜੇ ਦੇਊ ਗੇੜੇ ਦੇਊ, ਦੇਊਗਾ ਕਦੋਂ, ਦਵਾਓਗੇ ਕਦੋਂ? ਹੁਣ ਦਊਗਾ, ਹੁਣ ਦਊਗਾ, ਕੰਮ ਬਣ ਗਿਆ ਆਪਣਾ। ਚੱਲ ਸ਼ੁਕਰ ਆ ਫਿਰ ਤਾਂ, ਜਿਹੜੀ ਵਿਚੋਲਣ ਤੀ ਇਹੋ ਜਿਹਾ ਸੁੱਖ ਸੁਨੇਹਾ ਲਾਇਆ ਨਾ। ਅੱਛਾ ਰੜਕਾਂ ਹੀ ਕੱਢਤੀਆਂ ਜੱਸਾ ਨਾ, ਜਿੱਥੇ ਉਹ ਵਿਚੋਲਣ ਰਿਸ਼ਤਾ ਕਰਾਉਂਦੀ ਦੀਦੀ ਦਾ, ਉੱਥੇ ਰਿਸ਼ਤਾ ਕਰਾਉਣ ਵਾਸਤੇ ਮੰਨ ਗਿਆ, ਕੱਲ ਨੂੰ ਉਹਨੂੰ ਦੇਖਣ ਜਾਊਗਾ ਉਹ। ਬਸ ਫਿਰ ਤਾਂ ਰਾਹ ਦਾ ਰੋੜਾ ਨਿਕਲ ਗਿਆ ਮਨ ਆਪਣਾ। ਬਸ ਰਾਹ ਦਾ ਰੋੜਾ ਨਿਕਲਿਆ, ਰਾਹ ਸਾਫ਼ ਤੇ ਆਪਾਂ ਰਾਹੀ। ਚੱਲ ਵਧੀਆ ਹੋ ਗਿਆ, ਮੈਂ ਤਾਂ ਹਾਲੀ ਨੀਂਦ ਹੀ ਨਹੀਂ ਸੀ ਆਈ, ਮੈਂ ਕਿਤੇ ਚਿੱਠੀ ਜੀ ਦਾ ਨਾ ਭਜੀਕੜ ਪੈ ਜੇ। ਉਹ ਕਿਹੜੀਆਂ ਚਿੱਠੀਆਂ, ਵਿੱਚੀ ਰੁਲ ਗਈਆਂ, ਉਹ ਤਾਂ ਧੰਨ ਭਾਗ ਭੂਆ ਦੇ ਜਿਹੜੀ ਆਪਣੇ ਮੱਥੇ ਲੱਗ ਗਈ। ਹੈਂ ਜਦੋਂ ਡਾਕ ਹੀ ਰੁਲ ਗਿਆ, ਚਿੱਠੀਆਂ ਕੀ ਰਹਿ ਗਈਆਂ ਹੋਣਗੀਆਂ। ਠੀਕ ਆ ਚੱਲ ਵਧੀਆ, ਉਹਦੀ ਤਾਂ ਤੈਨੂੰ ਗੱਲ ਕਰਦਾ, ਬਹੁਤ ਟਾਈਮ ਹੋ ਗਿਆ ਸੀ ਚਾਚਾ ਆਹ ਰਾਹਾਂ 'ਤੇ ਭਟਕਦਿਆਂ ਨੂੰ। ਹੁਣ ਤਾਂ ਆਹੋ ਦਿਨ ਦੀ ਉਡੀਕ ਹੈ ਵੀ ਕਦੋਂ ਵੀ ਆਪਾਂ 11-21 ਬੀਜੀ ਉਹ ਨਾਲੇ ਵਾਹਣ 'ਚ। ਬਸ ਠੀਕ ਹੈ, ਬੀਜੀ ਗਈ ਸਮਝ ਲਾ, ਹੁਣ ਤੁਸੀਂ ਤਿਆਰੀ ਹੋ ਗਈ ਹੈ ਨਾ।
ਬਸ ਮੇਰੇ ਤੁਹਾਨੂੰ ਆਹੀ ਦੱਸਣ ਆਏ ਸੀ। ਚੱਲ ਵਧੀਆ, ਮੈਂ ਇੱਕ ਦੋ ਕੰਮ ਜਿੰਨੇ ਕਰੇ ਉਹ ਨਿਬੇੜ ਲਾ, ਚਾਚੀ ਨੂੰ ਸੁਨੇਹਾ ਲਾ ਤਾ, ਤੈਨੂੰ ਲਾ ਤਾ, ਤਿਆਰੀ ਕਰ ਲੈ, ਚਾਦਰਾ ਬਣਵਾ ਨਵਾਂ। ਬਸ ਸਾਰੇ ਚਾਦਰੇ ਚੂਦਰੇ ਲਿਆਵਾਂਗੇ, ਕੋਈ ਗੱਲ ਨਹੀਂ। ਚੱਲ ਚੱਲ ਹੋ ਜਾਂਦਾ, ਪਿੰਡ ਦੇ ਵਿੱਚ ਕੰਟਰੋਲ ਹੀ ਰੱਖੀ ਹੋਈ ਨਾ, ਪਕਾਈ ਮਾਰੇ ਕਿਤੇ ਨਹੀਂ, ਪਕਾਈ ਮਾਰਦਾ ਮੈਂ ਕਿਤੇ ਕੁਛ ਨਹੀਂ ਕਰਦਾ। ਜਦੋਂ ਆਪਣਾ ਪੱਕਾ ਧਾਗਾ ਬੰਨਿਆ ਗਿਆ, ਸ਼ਗਨ ਛੱਪਾ ਪੈ ਗਿਆ, ਫੇਰ ਦੇਖੀ, ਫੇਰ ਲਾਵਾਂਗੇ ਡੀਜੇ। ਹੈ ਆਹੋ, ਉਹ ਤਾਂ ਠੀਕ, ਡੀਜੇ ਜੱਸੇ ਦੇ ਨਾ ਪਿੰਡ ਘਣੀ ਮੂੰਹ ਕਰਕੇ ਲਓ, ਬਹੁਤ ਟਾਈਮ ਅੜਿਆ ਰਿਹਾ, ਸੌਣ ਲੱਗੇ ਕੰਡਾ ਵੀ। ਕੋਈ ਨਾ ਕੋਈ ਨਾ, ਐਂ ਕਰੀ ਗੁਰੂ ਘਰ ਵਾਲੀ ਬਾਲਟੀ ਪੁੱਛੋ, ਬਾਲਟੀ ਤਿੱਖੀ ਜੀ ਆਵਾਜ਼ ਵਾਲੀ, ਸਾਰਾ ਕੁਛ ਪੁੱਛੋ, ਉਹ ਘਰੋਂ ਉੱਧਰ ਨੂੰ ਸਾਰਾ ਕੁਛ ਪੁੱਛੋ। ਚੱਲ ਚੰਗਾ, ਪਹਿਲੇ ਨਾ ਕਿਤੇ ਡੀਜੇ ਲਵਾਣੀ, ਕਿਤੇ ਪਕਾਈ ਮਾਰਦੇ, ਕਿਉਂ ਝੰਡੇ ਵਾਲੇ ਝੂਲਦੇ ਆ ਨਾ, ਮਾੜਾ ਜਿਹਾ ਕਿਸੇ ਨੂੰ ਪਤਾ ਲੱਗ ਗਿਆ ਕਿਤੇ ਬਣਿਆ ਬਣਾਇਆ ਫੇਰ ਗਾਲ ਦਿਓ। ਚਾਵੇਂ ਬੇਇੱਜ਼ਤੀ ਨਹੀਂ ਕਰਿਆ ਕਰਦੇ, ਬੇਇੱਜ਼ਤੀ ਤਾਂ ਕਾਹਦੀ ਆ, ਊਂ ਗੱਲ ਜੀ ਕਰਦਾ ਸੀ ਆਲਾ। ਜਦੋਂ ਕੋਈ ਇਨਸਾਨ ਆਪਣੀ ਜ਼ਿੰਦਗੀ ਵਿੱਚ ਗਲਤ ਫੈਸਲਾ ਕਰਦਾ ਨਾ, ਤਾਂ ਪਛਤਾਉਂਦਾ ਬਹੁਤ ਹੈ। ਮੈਂ ਕੋਈ ਗਲਤ ਫੈਸਲਾ ਨਹੀਂ ਲਿਆ, ਠੀਕ ਹੈ। ਫਿਰ ਪਛਤਾ ਕਿਉਂ ਰਿਹਾ, ਤੇਰਾ ਮੂੰਹ ਕਿਉਂ ਉਤਰਿਆ ਉਹ ਰਿਸ਼ਤੇ ਨੂੰ ਹਾਂ ਕਰਨ ਤੋਂ ਬਾਅਦ? ਮੂੰਹ ਦਾ ਕੀ ਹੈ ਮਾਂ, ਮੈਂ ਫੈਸਲਾ ਆਪਦੇ ਦਿਲ ਤੋਂ ਲਿਆ। ਦਿਲ ਤੋਂ ਲਿਆ ਜਾਂ ਦਿਲ 'ਤੇ ਪੱਥਰ ਰੱਖ ਕੇ ਲਿਆ? ਦੇਖ ਪੁੱਤ, ਕਈ ਵਾਰੀ ਜਲਦਬਾਜ਼ੀ ਵਿੱਚ ਕੀਤੇ ਗਏ ਫੈਸਲੇ ਨਾ ਪੂਰੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ, ਅਤੇ ਮੈਂ ਨਹੀਂ ਚਾਹੁੰਦੀ ਵੀ ਤੇਰੀ ਇਹ ਜ਼ਿੰਦਗੀ ਤਬਾਹ ਹੋਵੇ। ਜੱਸੇ, ਮੈਨੂੰ ਪਤਾ ਤੇਰੇ ਦਿਲ 'ਚ ਗੁਲਾਬੋ ਵਾਸਤੇ ਗੁੱਸਾ, ਤੇ ਤੂੰ ਤਾਂ ਜਲਦਬਾਜ਼ੀ ਵਿੱਚ ਇਹ ਫੈਸਲਾ ਲਿਆ। ਮਾਂ, ਮੈਂ ਤੈਨੂੰ ਅੱਜ ਨਾ ਲਾਸਟ ਵਾਰੀ ਦੱਸਦਾ ਵੀ ਆਹ ਘਰ 'ਚ ਕਦੇ ਗੁਲਾਬੋ ਦਾ ਨਾਂ ਨਾ ਲੈਦੀ, ਅਤੇ ਨਾ ਆਪਣੀ ਜ਼ੁਬਾਨ 'ਚੋਂ ਕਦੇ ਕੱਢੀ। ਇਹ ਤੋਂ ਬਾਅਦ ਮੇਰਾ ਹੁਣ ਗੁਲਾਬੋ ਨਾਲ ਕੋਈ ਰਿਸ਼ਤਾ ਨਹੀਂ। ਜੇ ਤੇਰਾ ਗੁਲਾਬੋ ਨਾਲ ਰਿਸ਼ਤਾ ਨਹੀਂ ਤਾਂ ਉਹਦੇ ਘਰ ਕੀ ਕਰਨ ਜਾਂਦਾ ਸੀ? ਬੋਲ। ਘਰੇ ਜਾਂਦਾ ਸੀ ਰਿਸ਼ਤਾ ਬਣਾਉਣ ਵਾਸਤੇ, ਪਰ ਉਹਨੇ ਤਾਂ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਤੋੜਤਾ। ਕਈ ਵਾਰੀ ਨਾ ਬੰਦੇ ਨੂੰ ਦੂਸਰੇ ਬੰਦੇ ਦੇ ਹਾਲਾਤ ਨਹੀਂ ਸਮਝ ਆਉਂਦੇ, ਅਤੇ ਉਹਨੂੰ ਦੂਸਰਾ ਬੰਦਾ ਗਲਤ ਲੱਗਦਾ, ਅਤੇ ਉਹਨਾਂ ਹਾਲਾਤਾਂ ਦਾ ਸ਼ਿਕਾਰ ਤੂੰ ਹੋਇਆ। ਤੈਨੂੰ ਸੱਚ ਤਾਂ ਦਿਖ ਰਿਹਾ ਪਰ ਤੂੰ ਸੱਚ ਨੂੰ ਸਮਝ ਨਹੀਂ ਰਿਹਾ। ਉਹ ਬਸ ਮਾਂ, ਕਿਉਂ ਐਵੇਂ ਉਹਦੀ ਤਰਫਦਾਰੀ ਕਰਨ ਲੱਗੀ ਹੈ? ਜੱਸੇ, ਰਿਸ਼ਤਾ ਗੁਲਾਬੋ ਨੂੰ ਨਹੀਂ ਤੋੜਿਆ, ਰਿਸ਼ਤਾ ਤੋੜਿਆ ਤੁਹਾਡੇ ਵਿਚਲੀਆਂ ਗਲਤ ਫਹਿਮੀਆਂ ਨੇ। ਯਾਦ ਰੱਖੀ, ਇਹ ਗਲਤ ਫੈਸਲੇ ਕਰਕੇ ਨਾ ਸਾਰੀ ਜ਼ਿੰਦਗੀ ਦਾ ਤੇਰੇ ਪੱਲੇ ਪਛਤਾਵਾ ਰਹਿ ਜਾਣਾ, ਪਛਤਾਵਾ। ਮਾਂ, ਧੋਖਿਆਂ ਨੂੰ ਗਲਤ ਫਹਿਮੀਆਂ ਦਾ ਨਾਂ ਦੇਣਾ ਨਾ ਬਹੁਤੀ ਚੰਗੀ ਗੱਲ ਨਹੀਂ। ਧੋਖਾ? ਜੱਸੇ, ਕਿਹਨੇ ਕੀਤਾ ਤੇਰੇ ਨਾਲ ਧੋਖਾ? ਉਹ ਯਾਰ, ਗੁਲਾਬੋ ਨੇ ਕਰਿਆ, ਤੈਨੂੰ ਪਤਾ ਨਹੀਂ? ਲੱਗਦਾ ਉਹਦੀ ਕੁੜੀ ਦੇ ਮੂੰਹ ਤੋਂ ਮੈਂ ਤੇਰੇ ਨਾਲ ਧੋਖਾ ਕਰੂੰਗੀ। ਧੋਖਾ ਤਾਂ ਤੇਰੇ ਨਾਲ ਕਰ ਰਹੇ ਨੇ ਤਾਰੀ ਤੇ ਤੇਰੀ ਭੂਆ ਰਲ ਕੇ। ਲੱਗੀ ਸਮਝ ਤੈਨੂੰ, ਗਾਉਣਾ ਉਹ ਕੁੜੀ ਦੀ ਕਮਜ਼ੋਰੀ ਹੈ ਅਤੇ ਇਹ ਸਾਰੇ ਉਹਦੀ ਕਮਜ਼ੋਰੀ ਦਾ ਫਾਇਦਾ ਚੱਕ ਰਹੇ ਨੇ, ਅਤੇ ਤੂੰ ਤੂੰ ਪਤਾ ਨਹੀਂ ਕੀ ਸਮਝੀ ਬੈਠਾ। ਓ ਮਾਂ, ਬਸ ਕਰ, ਤੂੰ
ਨਾਲ ਹੈ ਹੋਰ ਉਹਦੀਆਂ ਤਰਫਦਾਰੀਆਂ ਤੇ ਨਾਲੇ ਗੁਲਾਬੋ ਤੇ ਤਾਰੀ ਦੀ ਫੋਟੋ ਉਹ ਵੀ ਕਹਿੰਦੇ ਵੀ ਹਾਂ ਗਲਤ ਫਹਿਮੀ ਸੀ ਉਹ ਵੀ ਉੱਚੀ ਬੋਲ ਕੇ ਨਾ ਤੂੰ ਤੇਰੇ ਤੇ ਗੁਲਾਬੋ ਦੇ ਪਿਆਰ ਨੂੰ ਦਬਾ ਨਹੀਂ ਸਕਦਾ ਮੈਂ ਤੇਰੀ ਮਾਂ ਜਿਹੜੀ ਗੁਲਾਬੋ ਤਾਰੀ ਨੂੰ ਪਸੰਦ ਨਹੀਂ ਕਰਦੀ ਤਾਰੀ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੀ ਉਹ ਫੋਟੋ ਕਿਵੇਂ ਕਰਵਾ ਸਕਦੀ ਹੈ ਇਹ ਫੋਟੋ ਪਿੱਛੇ ਵੀ ਜਿੱਸੇ ਗਲਤ ਫਹਿਮੀ ਆ ਬਸ ਮਾਂ ਤੂੰ ਕਿਉਂ ਐਵੇਂ ਗੁਲਾਬੋ ਦਾ ਵਾਰੀ ਵਾਰੀ ਪੱਖ ਪੂਰੀ ਜਾਂਦੀ ਹੈ ਪੱਖ ਪੂਰਦੀਆਂ ਕਿਉਂਕਿ ਗੁਲਾਬੋ ਤੇਰੀ ਪਸੰਦ ਤੂੰ ਗੁਲਾਬੋ ਨੂੰ ਹਜੇ ਵੀ ਪਿਆਰ ਕਰਦਾ ਥਾਂ ਪੱਖ ਪੂਰਦੀਆਂ ਦੇਖ ਜੱਸੇ ਮੈਨੂੰ ਕੁਛ ਕੁ ਦਿਨ ਦੇ ਦੇ ਕੁਛ ਕੁ ਦਿਨ ਲਈ ਨਾ ਰਿਸ਼ਤੇ ਤੋਂ ਮਨਾ ਕਰ ਦੇ ਬਸ ਮੈਂ ਥੋੜ੍ਹੇ ਦਿਨਾਂ ਦੇ ਵਿੱਚ ਹੀ ਨਾ ਤੇਰੀਆਂ ਅਤੇ ਗੁਲਾਬੋ ਦੀਆਂ ਸਾਰੀਆਂ ਗਲਤ ਫਹਿਮੀਆਂ ਦੂਰ ਕਰ ਦੂੰਗੀ ਫਿਰ ਨਹੀਂ ਮੈਂ ਤੈਨੂੰ ਕੁਛ ਵੀ ਕਹਿੰਦੀ ਫਿਰ ਤੂੰ ਜੋ ਤੇਰਾ ਦਿਲ ਕਰੂੰਗਾ ਨਾ ਤੂੰ ਉਹ ਕਰੀ ਪੁੱਤ ਪਰ ਕੁਛ ਕੁ ਦਿਨ ਪੁੱਤ ਬਸ ਮੈਂ ਹੋ ਗਿਆ ਤੇਰਾ ਹੁਣ ਮੇਰੀ ਬੇਨਤੀ ਸੁਣ ਲੈ ਵੀ ਅੱਜ ਤੋਂ ਬਾਅਦ ਗੁਲਾਬੋ ਦਾ ਨਾਂ ਨਾ ਲਈ ਉਹਨੇ ਮੇਰੇ ਕੋਲ ਤਾਂ ਜਮ੍ਹਾਂ ਨਾ ਲਈ ਇਹ ਬੇਨਤੀ ਤੇਰਾ ਪੁੱਤ ਤੈਨੂੰ ਦਿਲੋਂ ਕਰਦਾ ਹੈ ਗੁਲਾਬੋ ਦਾ ਨਾਂ ਨਾ ਲਈ ਨਾਲੇ ਹੁਣ ਮੇਰਾ ਰਿਸ਼ਤਾ ਉਹਦੇ ਨਾਲ ਖਤਮ ਹੋ ਗਿਆ ਅਤੇ ਜਿੱਥੇ ਭੂਆ ਰਿਸ਼ਤਾ ਕਰਾਉਂਦੀ ਹੈ ਹੁਣ ਤਾਂ ਮੈਂ ਉੱਥੇ ਹੀ ਵਿਆਹ ਕਰਾਊਂਗਾ ਜੱਸੇ ਜੱਸੇ ਹੇ ਵਾਹਿਗੁਰੂ ਕੀ ਹੋ ਗਿਆ ਮੇਰੇ ਘਰ 'ਚ ਮੇਰੇ ਪੁੱਤ ਦੀਆਂ ਖੁਸ਼ੀਆਂ ਨੂੰ ਕਿਰਨਾਂ ਦੀ ਨਜ਼ਰ ਲੱਗ ਗਈ ਮੈਂ ਇਹਨੂੰ ਕਿਵੇਂ ਸਮਝਾਵਾਂ ਵੀ ਗੁਲਾਬੋ ਨਾਲ ਕਿਰਨਾਂ ਅਤੇ ਤਾਰੀ ਰਲ ਕੇ ਧੋਖਾ ਕਰ ਰਹੇ ਨੇ ਅਤੇ ਤੇਰੇ ਨਾਲ ਵੀ ਉਹ ਤੇਰੀ ਭੂਆ ਨਹੀਂ ਉਹ ਡੈਣ ਹੈ ਡੈਣ ਸ਼ਿਨੇ ਆਪ ਦੇ ਭਾਈ ਦੇ ਘਰ ਦੀਆਂ ਖੁਸ਼ੀਆਂ ਨੂੰ ਹੱਗ ਲਾਈ ਹੈ ਹੇ ਵਾਹਿਗੁਰੂ ਮੈਨੂੰ ਕੋਈ ਤਾਂ ਰਸਤਾ ਦਿਖਾ ਦੇ ਕੋਈ ਤਾਂ ਰਾਹ ਦਿਖਾ ਦੇ ਜਿਹਦੇ ਨਾਲ ਮੈਂ ਕਿਰਨਾਂ ਦਾ ਪਰਦਾਫਾਸ਼ ਕਰ ਸਕਾਂ ਕਿਰਨਾਂ ਦਾ ਪਰਦਾਫਾਸ਼ ਹੋਊਗਾ ਨਾ ਤਾਂ ਹੀ ਨਾ ਪਿਓ ਪੁੱਤ ਦੀਆਂ ਅੱਖਾਂ ਖੁੱਲ੍ਹਣੀਆਂ ਅਤੇ ਮੇਰੇ ਪੁੱਤ ਨੂੰ ਗੁਲਾਬੋ ਮਿਲ ਜਾਣੀ ਹੈ ਅਤੇ ਗੁਲਾਬੋ ਨੂੰ ਜੱਸਾ ਹੈਲੋ ਸਤਿ ਸ਼੍ਰੀ ਅਕਾਲ ਭਾਈ ਹਾਂ ਹਾਂ ਮੈਂ ਤਾਂ ਹੀ ਲਾਇਆ ਸੀ ਫੋਨ ਮੈਂ ਤੁਸੀਂ ਆਪਦੀ ਤਿਆਰੀ ਰੱਖਿਓ ਇੱਧਰੋਂ ਮੈਂ ਅਤੇ ਮੇਰਾ ਭਰਾ ਬਾਲ ਅਤੇ ਮੇਰਾ ਭਤੀਜਾ ਤਿੰਨ ਹੀ ਆਵਾਂਗੇ ਅਸੀਂ ਬਾਹਲੇ ਜਣੇ ਨਹੀਂ ਆਉਂਦੇ ਹਾਂ ਆਪਦੀ ਸਾਗਣ ਦੀ ਤਿਆਰੀ ਰੱਖਿਓ ਨਾਲੇ ਤੁਹਾਨੂੰ ਪਤਾ ਭਾਈ ਜੇ ਇਸ ਵਾਰ ਤੁਸੀਂ ਕੱਚ ਕਰਤਾ ਕਿਸੇ ਗੱਲ ਦਾ ਤੁਹਾਡੀ ਕੁੜੀ ਦਾ ਰਿਸ਼ਤਾ ਕੋਈ ਲੈਂਦਾ ਵੀ ਹੈ ਨਹੀਂ ਕਿਹਨੇ ਲੈਣਾ ਇਹਨੂੰ ਹੈ ਨਾ ਇਹ ਤਾਂ ਜਾਣਦੇ ਹੋ ਨਾ ਤੁਸੀਂ ਹਾਂ ਹਾਂ ਇਹ ਤਾਂ ਇੱਕ ਧੱਕੇ ਨਾਲ ਟਿੱਬੇ 'ਤੇ ਪਾਣੀ ਚਾੜ ਰਹੀ ਹਾਂ ਮੈਂ ਚੱਲ ਠੀਕ ਹੈ ਚੰਗਾ ਆਪਾਂ ਚੰਗਾ ਨਹੀਂ ਕਰ ਰਹੇ ਜੱਸੇ ਬਾਈ ਨਾਲ ਰੱਬ ਨੇ ਆਪਾਂ ਨੂੰ ਕਦੇ ਮਾਫ਼ ਨਹੀਂ ਕਰਨਾ ਨਾਲੇ ਆਪਾਂ ਹੀ ਜੱਸੇ ਅਤੇ ਗੁਲਾਬੋ ਨੂੰ ਦੂਰ ਕਰ ਰਹੇ ਹਾਂ ਵੇ ਚੰਗਾ ਵੇ ਵੱਡਾ ਆਇਆ ਚੰਗਾ ਨਹੀਂ ਕਰ ਰਹੇ ਮਾੜਾ ਨਹੀਂ ਕਰ ਰਹੇ ਨਾਲੇ ਜੱਸਾ ਤਾਂ ਆਪਦੇ ਆਪ ਹੀ ਕਹਿੰਦਾ ਭੂਆ ਜਿੱਥੇ ਤੂੰ ਮੇਰਾ ਰਿਸ਼ਤਾ ਕਰ ਦੇਂਗੇ ਉੱਥੇ ਹੀ ਠੀਕ ਹੈ ਮਾਂ ਉਹ ਤਾਂ ਆਪ ਫਸਿਆ ਹੋਇਆ ਕਹੀ ਜਾਂਦਾ ਉਹਦਾ ਕਿਹੜਾ ਜੀ ਕਰਦਾ ਹੈ ਕਹਿਣ ਨੂੰ ਲੈ ਨਾਲੇ ਫਿਰ ਤੇਰਾ ਮਾਮਾ ਕਿਹੜਾ ਮੰਨਦਾ ਨਾਲੇ ਉਹ ਆਪਣੇ ਲੇਵਲ ਦੇ ਹੈਗੇ ਨੇ ਉਹ ਤਾਂ ਕਰਦੀ ਆ ਕੁੜੀਆਂ ਗਾਉਣਾ ਵਜਾਉਣਾ ਇਹਦੀਆਂ ਗੱਲਾਂ ਆਪਣੇ ਘਰੇ ਤਾਂ
ਤੇਰਾ ਮਾਮਾ ਤਾਂ ਗੀਤ ਨਹੀਂ ਉੱਚੀ ਆਵਾਜ਼ 'ਚ ਲਾਉਣ ਦਿੰਦਾ ਕਿਸੇ ਨੂੰ। ਮਾਂ ਜੇ ਤੂੰ ਚਾਹੇ ਨਾ ਸਭ ਕੁਛ ਹੋ ਸਕਦਾ। ਬੇਬੀਰ ਗੱਲ ਸੁਣ ਲੈ ਮੇਰੀ, ਬਾਲੀਆਂ ਗੱਲਾਂ 'ਚ ਨਾ ਤੂੰ ਬੜਿਆ ਕਰ, ਤੂੰ ਹਜੇ ਨਿਆਣਾ, ਇੰਨੀਆਂ ਗੱਲਾਂ ਜੋਗਰਾ ਹੋਇਆ ਨਹੀਂ। ਮਾਂ ਤੈਨੂੰ ਮੈਂ ਦੱਸਤਾ, ਹੁਣ ਜਿਹੜਾ ਵੀ ਕਰੇਂਗੀ ਤੂੰ ਅੱਗੇ ਤੂੰ ਆਪ ਕਰੇਂਗੀ ਅਤੇ ਉਹ ਤੇਰਾ ਤਾਰੀ ਕਰ ਲੂਗਾ, ਠੀਕ ਆ? ਮੈਂ ਤੁਹਾਡੇ ਕਿਸੇ ਕੰਮ ਦੇ ਵਿੱਚ ਨਹੀਂ ਆਉਂਦਾ ਹੈਗਾ, ਨਾ ਮੈਨੂੰ ਕਿਹੋ ਵੀ ਹਾਂ ਆਹ ਕੰਮ ਕਰ ਦੇ। ਵੀ ਤੈਥੋਂ ਬਣਦਾ ਵੀ ਕੀ ਆ, ਕਰੇ ਕਰਨ ਜੋਗਰੇ ਕੀ ਹੋ ਤੁਸੀਂ? ਜਿਹੜਾ ਕੁਛ ਕਰਿਆ ਗਾ ਮੈਂ ਹੀ ਕਰਿਆ, ਇਕੱਲੀ ਨੇ ਅੱਜ ਤੀਕਰ ਆਹ ਘਰ ਮੈਂ ਹੀ ਬੰਨਿਆ, ਸੁਣ ਕੇ ਗੱਲ, ਸੋਥੋਂ ਨਹੀਂ ਕੁਛ ਹੁੰਦਾ ਹੈਗਾ, ਤੁਸੀਂ ਤਾਂ ਇੱਕ ਬੋਲਣ ਬੋਲਣ ਵਾਲੇ ਹੋ। ਨਾਲੇ ਗੱਲ ਸੁਣ ਲੈ ਮੇਰੀ, ਬਾਹਲਾ ਵੱਡਾ ਦਾਦਾ ਨਾ ਬਣਿਆ ਕਰ, ਬਸ ਇੱਕ ਕੰਮ ਕਰ ਲੈ ਜੇ ਤੈਥੋਂ ਹੁੰਦਾ, ਆਪਦੀ ਜ਼ਬਾਨ ਬੰਦ ਰੱਖਿਆ ਕਰ। ਮਾਂ ਮੈਂ ਤਾਂ ਆਪਦੀ ਜ਼ਬਾਨ ਬੰਦ ਰੱਖ ਲੂੰਗਾ, ਪਰ ਜਿਹੜੇ ਤੂੰ ਇਹ ਕੁੱਤੇ ਕੰਮ ਕਰ ਰਹੀ ਹੈ ਨਾ, ਤੈਨੂੰ ਮਾਮੀ ਨੇ ਵੀ ਨਹੀਂ ਬਣਦੇ, ਤੈਨੂੰ ਧੋਬੇ ਵਾਲੀ ਕੁੱਤੇ ਵਾਲੀ ਹੋਊਗੀ। ਬੇ ਨਹੀਂ ਹੁੰਦੀ ਧੋਬੀ ਦੇ ਕੁੱਤੇ ਵਾਲੀ ਮੇਰੇ ਨਾਲ, ਗੱਲ ਸੁਣ ਲੈ ਮੇਰੀ, ਨਹੀਂ ਬਣਨ ਦੇਊਗਾ, ਫਿਰ ਤੂੰ ਵਰਤ ਲਈ ਤੇਰੇ ਮਾਮੇ ਨਾਲ। ਅਸੀਂ ਵਰਤ ਲਾਂਗੇ, ਵਰਤ ਲਾਂਗੇ ਅਸੀਂ? ਤੁਸੀਂ ਤਾਂ ਭਾਲਦੀ ਇਹੀ ਗੱਲਾਂ ਪਿਓ ਪੁੱਤ, ਵੀ ਤੈਨੂੰ ਧੱਕੇ ਮਾਰ ਮਾਰ ਉਹ ਘਰੋਂ ਕੱਢਣ, ਇਹ ਮੈਨੂੰ ਪਤਾ ਮੇਰਾ ਭਰਾ ਹੈਗਾ ਮੈਂ ਕਿਵੇਂ ਵਰਤਣਾ। ਨਾਲੇ ਨਾ ਤੂੰ ਬਾਹਲਾ ਨਾ ਬੋਲਿਆ ਕਰ, ਤੇਰੇ ਮੂਹਰੇ ਬੰਨੇ ਹੱਥ, ਬਸ ਕਰ ਜਾ। ਤੂੰ ਪਛਤਾਏਂਗੀ, ਤੈਨੂੰ ਦੱਸਤਾ ਹੁਣ। ਬੇ ਕਿਧਰੇ ਨਹੀਂ ਪਛਤਾਉਂਦੀ ਮੈਂ, ਪਛਤਾਏਂਗੀ ਤੂੰ ਮਾਂ। ਲੈ ਕਦਾ ਕੀ ਆ, ਕੱਲ੍ਹ ਦਾ ਨੀਚਲਾ ਜਾ, ਇਹੀ ਚਾਂਬੜਿਆ ਫਿਰਦਾ, ਮੈਥੋਂ ਤਾਂ ਪਿਓ ਪੁੱਤੀ ਨਹੀਂ ਲੋਟ ਆਉਂਦੇ ਹੈਗੇ। ਜਦੋਂ ਪੈਸਿਆਂ ਦੀ ਪੈਂਦੀ ਹੈ ਲੋੜ, ਉਦੋਂ ਮਾਂ ਯਾਦ ਆਉਂਦੀ ਆ, ਉਦੋਂ ਮਾਂ ਦੇ ਸਰਾਣੇ ਆ ਕੇ, ਮੰਮੀ ਦੇ ਦੇ ਪੈਸੇ, ਦੇ ਦੇ ਪੈਸੇ, ਮੰਮੀ ਦੱਸ ਕਿੱਥੋਂ ਦੇਵੇ ਠੋਲੂ, ਜੇ ਕੋਈ ਰਿਸ਼ਤਾ ਪੂਰ ਚੜਾਉਂਗੀ ਤਾਂ ਹੀ ਤੁਹਾਨੂੰ ਮੱਥਾ ਝੁਲਸੂੰਗੀ ਤੁਹਾਡਾ, ਹੋਰ ਤਾਂ ਨਹੀਂ ਮੈਂ ਕਿਸੇ ਨੂੰ ਦਵਾਲ। ਇਹ ਨਾ ਜਵਾਕ ਜਾ ਕਿਸੇ ਕੋਲ ਗੱਲ ਕੱਢੇ, ਅਸੀਂ ਇੱਕ ਵਾਰੀ ਜੱਸੇ ਦਾ ਪੈ ਜੇ ਸਾਗਣ, ਸਾਰੇ ਮੋਰਚੇ ਜਿੱਤ ਲਏ, ਫਿਰ ਤਾਂ ਸਾਰੇ ਕੰਮ ਹੋਏ ਹਵਾਏ, ਫਿਰ ਤਾਂ ਜਿੱਤੀ ਜਿੱਤ ਹੈ ਮੇਰੀ। ਨਾਲੇ ਮੈਂ ਕਿਸੇ ਨੂੰ ਕਦੇ ਦਵਾਲ ਹੋਈ ਵੀ ਹਾਂ। ਉਹ ਜੱਸੇ, ਉਹ ਤੂੰ ਆ ਬੂਟ ਜੇ ਪਾ, ਛੇਤੀ ਛੇਤੀ ਤਿਆਰ ਹੋ, ਗੱਡੀ ਕੱਢ, ਆਪਾਂ ਜਾਣਾ ਫਿਰ। ਕੱਢਦੇ ਹਾਂ। ਉਹ ਜੱਸੇ ਦੀ ਮਾਂ, ਨਾਲੇ ਤੂੰ ਮਾੜਾ ਜਿਹਾ ਕਿਰਨਾਂ ਨੂੰ ਫੋਨ ਲਾ ਕੇ ਪੁੱਛ ਵੀ ਉਹ ਆਪਦੇ ਘਰੇ ਬੁਲਾਊ ਜਾਂ ਆਪਾਂ ਨੂੰ ਕੁੜੀ ਵਾਲਿਆਂ ਦੇ ਘਰੇ ਜਾਣਾ ਪਊ ਸਿੱਧਾ। ਉਹ ਬਾਪੂ ਮੈਂ ਲਾ ਲੈਂਦਾ ਫੋਨ ਭੂਆ ਨੂੰ, ਕੋਈ ਨਾ ਪੁੱਛ ਪੁੱਤ ਨੂੰ। ਹੈਲੋ, ਸਤਿ ਸ਼੍ਰੀ ਅਕਾਲ ਭੂਆ। ਹਾਂ ਭੂਆ, ਉਹ ਐਂ ਪੁੱਛਦੇ ਸੀਗੇ ਵੀ ਕੁੜੀ ਵਾਲਿਆਂ ਦੇ ਘਰੇ ਜਾਣਾ ਕਿ ਉਹ ਤੁਹਾਡੇ ਘਰੇ ਆਉਣਗੇ। ਅੱਛਾ ਅੱਛਾ, ਠੀਕ ਹੈ। ਹਾਂ ਕੋਈ ਨਹੀਂ, ਬਸ ਹੋ ਜਾਓ ਤੁਸੀਂ ਵੀ ਤਿਆਰ, ਅਸੀਂ ਆਉਂਦੇ। ਠੀਕ, ਕਿਉਂ ਕੀ ਕਹਿੰਦੇ? ਉਹ ਬਾਪੂ, ਉਹ ਭੂਆ ਕਹਿੰਦੀ ਉਰੀ ਆਉਣਗੇ। ਅੱਛਾ, ਹੁਣ ਆਪਾਂ ਤੇਰੀ ਭੂਆ ਕੀ ਜਾਣਾ? ਹਾਂ ਭੂਆ ਕੇ ਜਾਣਾ। ਉਹ ਨਾਲੇ ਭਾਗ ਮੰਨ, ਤੂੰ ਇੱਥੇ ਕਿਹੜੀ ਕੀ ਕਰੀ ਜਾਂਦੀ ਹੈ, ਚੱਲਣਾ ਹੁਣ ਜਾਣਾ ਆਪਾਂ। ਮੈਨੂੰ ਕਿਹੜਾ ਕਿਹਾ ਤੁਸੀਂ ਨਾਲ ਜਾਣ ਨੂੰ? ਉਹ ਕਿਉਂ ਜਵਾਕਾਂ ਵਾਂਗੂ ਕਰੀ ਜਾਂਦੇ ਹਾਂ, ਆਪਣੇ ਪੁੱਤ ਦਾ ਸ਼ਗਨ ਪਾਉਣ ਚੱਲੇ ਹਾਂ, ਤੂੰ ਵੀ ਆਪਦੀ ਨੂੰਹ ਦਾ ਮੂੰਹ ਦੇਖ ਲੇਗੀ। ਮੈਂ ਤਾਂ ਆਪਣੀ ਨੂੰਹ ਦਾ ਮੂੰਹ ਕਦੋਂ ਦਾ ਦੇਖਿਆ ਆ, ਬਸ ਜੱਸੇ ਦੀ ਹਾਂ ਦੀ ਵੇਟ ਕਰਦੀ ਹਾਂ। ਮੈਂ ਕੁਲਦੀਪ ਕੀ ਕਹੀ ਜਾਂਦੀ ਹਾਂ ਤੂੰ, ਮੈਨੂੰ ਤਾਂ ਕੁਛ ਸਮਝ ਨਹੀਂ ਲੱਗੀ ਤੇਰੀ। ਮਾਂ ਤੂੰ ਮੈਨੂੰ ਨਾ ਇੱਕ ਸਾਫ ਸਾਫ ਗੱਲ ਦੱਸ ਦੇ, ਤੂੰ ਆਪਦੇ ਪੁੱਤ ਦਾ ਵਿਆਹ ਦੇਖਣਾ ਹੈ ਕਿ ਆਪਦੇ ਪੁੱਤ ਦੀ ਮੌਤ ਦੇਖਣੀ ਹੈ? ਦੇਖ ਜੱਸੇ ਪੁੱਤ, ਤੇਰੀ ਜ਼ਿੰਦਗੀ ਹੈ, ਤੂੰ ਆਪਦੀ ਜ਼ਿੰਦਗੀ ਬਾਰੇ ਸੋਚ। ਚੱਲ ਹੁਣ ਪੁੱਤ ਗੱਡੀ ਕੱਢ, ਆਪਾਂ ਚੱਲੀਏ। ਹੇ ਵਾਹਿਗੁਰੂ, ਮੇਰੇ ਪੁੱਤ ਨਾਲ ਕੁਛ ਵੀ ਗਲਤ ਨਾ ਹੋਣ ਦੇਈ, ਤੇਰਾ ਓਟ ਆਸਰਾ ਲੈ ਕੇ ਮੈਂ ਚੱਲੀ ਹਾਂ, ਬਸ
ਜੋ ਮੇਰੇ ਪੁੱਤ ਦੀ ਜ਼ਿੰਦਗੀ ਵਿੱਚ ਕਰਨਾ ਨਾ, ਸਭ ਕੁਛ ਸਹੀ ਕਰੀ। ਮੈਨੂੰ ਤੇਰੇ 'ਤੇ ਆਸਾ ਨੇ। ਚਾਹ ਪੀਓਗੇ? ਜੇ ਬਣਾ ਛੱਡੀਏ ਭਾਗਵਾਨ ਨੇ ਪੀ ਲਾਂਗੇ ਘੁੱਟ। ਲੈ ਆ, ਲੈ ਫਿਰ ਆਹੀ ਪੀ ਲਓ ਮੇਰੇ ਵਾਲੀ, ਮੈਂ ਹੋਰ ਪਾ ਲਿਆਉਂਗੀ। ਲਿਆ ਫੜਾ। ਅਰੇ ਗੁਲਾਬੋ ਨਹੀਂ ਦੀਦੀ, ਕਿੱਥੇ ਗਈ ਹੈ? ਪਤਾ ਨਹੀਂ, ਮੈਨੂੰ ਤਾਂ ਐਂ ਕਹਿ ਕੇ ਇੱਦਾਂ ਕਹਿੰਦੀ ਕੰਮ ਜਾਂਦੀ ਹੈਗੀ, ਹੁਣ ਤੱਕ ਆਈ ਨਹੀਂ ਹੈਗੀ। ਅੱਛਾ, ਸਵੇਰੇ ਸਵੇਰੇ ਨੂੰ ਇਹੋ ਜਿਹਾ ਕੀ ਕੰਮ ਹੋ ਗਿਆ? ਤੈਨੂੰ ਦੱਸ ਕੇ ਨਹੀਂ ਗਈ? ਐਂ ਤਾਂ ਕੋਈ ਨਹੀਂ ਦੱਸ ਕੇ ਗਈ ਵੀ ਕਿੱਥੇ ਜਾਂਦੀ ਹੈਗੀ, ਐਂ ਕਹਿਤਾ ਕਹਿੰਦੀ ਬਸ ਮੈਨੂੰ ਤਾਂ ਕੰਮ ਹੈ, ਮੈਂ ਆਈ ਬਸ। ਚੱਲ ਕੋਈ ਗੱਲ ਨਹੀਂ ਭਾਗਮਾਨੇ, ਚੱਲ ਕੋਈ ਗੱਲ ਨਹੀਂ ਭਾਗਮਾਨੇ ਆ ਜੂਗੀ, ਤੂੰ ਰੋਟੀ ਬਣਾ ਦੇ, ਬਹੁਤ ਭੁੱਖ ਲੱਗੀ ਹੈ। ਹਾਂ ਹਾਂ ਮੈਂ ਬਣਾਉਣੀ ਆ ਰੋਟੀ, ਆ ਚਾਹ ਪੀ ਲਓ ਇਹਨੇ ਤੁਸੀਂ। ਚਲੋ ਠੀਕ ਹੈ। ਵਾਹਿਗੁਰੂ ਜੀ, ਮੈਨੂੰ ਹਾਲੇ ਤੱਕ ਸਮਝ ਨਹੀਂ ਆਈ ਵੀ ਡਾਕੀਏ ਅਤੇ ਤਾਰੀ 'ਚੋਂ ਚੰਗਾ ਮੁੰਡਾ ਕਿਹੜਾ। ਪਤਾ ਨਹੀਂ ਕਿਉਂ ਮੇਰਾ ਦਿਲ ਹਾਲੇ ਵੀ ਨਹੀਂ ਮੰਨਦਾ। ਮੇਰਾ ਦਿਲ ਕਹਿੰਦਾ ਵੀ ਡਾਕੀਆ ਬਹੁਤ ਚੰਗਾ ਮੁੰਡਾ, ਪਰ ਹੁਣ ਤੱਕ ਮੈਂ ਜਿਹਦੇ ਜਿਹਦੇ ਮੂੰਹੋਂ ਵੀ ਸੁਣਿਆ ਨਾ, ਸਾਰਿਆਂ ਨੇ ਡਾਕੀਏ ਨੂੰ ਮਾੜਾ ਹੀ ਕਿਹਾ। ਹੁਣ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ। ਜੇ ਉਹ ਵਾਕਿਆ ਚੰਗਾ ਮੁੰਡਾ ਹੈ ਨਾ, ਤਾਂ ਫਿਰ ਮੇਰੇ ਸਾਹਮਣੇ ਕੋਈ ਸਬੂਤ ਲਿਆ ਦੇ, ਸਾਰਿਆਂ ਦਾ ਸੱਚ ਮੇਰੇ ਅੱਗੇ ਪੇਸ਼ ਕਰ ਦੇ। ਜੇ ਤਾਰੀ ਝੂਠਾ ਹੈ ਤਾਂ ਉਹਦਾ ਸੱਚ ਵੀ, ਅਤੇ ਜੇ ਡਾਕੀਏ ਸੱਚਾ ਤਾਂ ਉਹਦਾ ਸੱਚ ਵੀ।